ਕੀ ਹਾਲ ਚਾਲ ਸਾਰਿਆਂ ਦੇ? ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਸਵਾਗਤ ਹੈ ਤੁਹਾਡਾ ਇੱਕ ਨਵੀਂ ਯੂਟਿਊਬ ਵੀਡੀਓ ਦੇ ਆਪਣੇ ਚੈਨਲ 'ਤੇ। ਅੱਜ ਦਿਨ ਹੈਗਾ ਵੀਰਵਾਰ 23 ਦਸੰਬਰ, ਟਾਈਮ ਹੋ ਗਿਆ 10 ਵੱਜ ਚੁੱਕਿਆ ਸਵੇਰ ਦੇ, ਆਪਾਂ ਹੋ ਗਏ ਰੈਡੀ। ਅਤੇ ਕੱਲ੍ਹ ਨੂੰ ਹੈਗਾ ਆਪਣੇ ਘਰ ਇੱਕ ਛੋਟਾ ਜਿਹਾ ਪ੍ਰੋਗਰਾਮ ਸਵੇਰੇ। ਪ੍ਰੋਗਰਾਮ ਕੀ ਆ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਪਤਾ ਚੱਲ ਜੂਗਾ। ਅੱਜ ਕਰ ਰਹੇ ਹਾਂ ਤਿਆਰੀ ਆਪਾਂ ਪ੍ਰੋਗਰਾਮ ਦੀ। ਹੁਣ ਜਾ ਰਹੇ ਹਾਂ ਬਾਜ਼ਾਰ, ਥੋੜ੍ਹਾ ਸਮਾਨ ਵਗੈਰਾ ਜੋ ਵੀ ਹੈਗਾ ਚਾਹੀਦਾ ਉਹਦੇ ਵਾਸਤੇ ਉਹ ਲੈਣ। ਠੀਕ ਆ ਜੀ, ਬਣੇ ਰਹੋ ਵੀਡੀਓ ਦੇ ਨਾਲ, ਤੁਹਾਨੂੰ ਪਤਾ ਲੱਗੂਗਾ ਅੱਗੇ ਜਾ ਕੇ ਨਾਲੇ ਤਾਂ ਵੀ ਕੀ ਕਰਦੇ ਹੁੰਦੇ, ਕੀ ਪ੍ਰੋਗਰਾਮ ਆ। ਚਲੋ ਮਿਲਦੇ ਹਾਂ ਜੀ ਤੁਹਾਨੂੰ ਅੱਗੇ ਜਾ ਕੇ। ਹਾਂਜੀ, ਆਪਾਂ ਕਰ ਲਈ ਗੱਡੀ ਸਟਾਰਟ, ਜਿਵੇਂ ਤੁਸੀਂ ਦੇਖਿਆ। ਬਸ ਚੱਲਦੇ ਹਾਂ ਹੁਣ ਆਪਾਂ ਬਾਜ਼ਾਰ 'ਚ। ਠੀਕ ਆ, ਬਣੇ ਰਹੋ ਵੀਡੀਓ ਨਾਲ, ਦੇਖਦੇ ਹਾਂ। ਸਬਜ਼ੀ ਲੱਤੀ ਆ ਰਹੀ ਹੈ ਜੀ, ਸਬਜ਼ੀ। ਇਹ ਸਾਡੀ ਸਬਜ਼ੀ ਮੰਡੀ ਬਲਾਡਾ ਜੀ, ਜਿਵੇਂ ਤੁਸੀਂ ਦੇਖਿਆ ਆਪਾਂ ਲੈ ਲਿਆ ਸਮਾਨ ਸਾਰਾ, ਬ੍ਰੈਡ ਲਿੱਤਿਆ, ਸਬਜ਼ੀ ਲਿੱਤੀ ਹੈ ਅਤੇ ਹੋਰ ਸਮਾਨ ਸੀਗਾ ਥੋੜ੍ਹਾ ਬਹੁਤਾ। ਹੁਣ ਬਸ ਚੱਲ ਰਿਹਾ ਘਰੇ, ਫਿਰ ਦੇਖਦੇ ਹਾਂ ਅੱਗੇ ਹੋਰ ਵੀ ਕੰਮ ਨੇ ਕਰਨ ਵਾਲੇ, ਉਹ ਵੀ ਕਰਾਂਗੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਠੀਕ ਆ ਜੀ, ਬਣੇ ਰਹੋ ਵੀਡੀਓ। ਦੇਖੋ ਜੀ, ਚੱਲ ਰਹੀ ਹੈ ਤਿਆਰੀ ਸਵੇਰ ਵਾਲੇ ਪ੍ਰੋਗਰਾਮ ਦੀ। ਹਲਵਾਈ ਆ ਰਹੇ ਨੇ, ਕੰਮ ਕਰ ਰਹੇ ਨੇ ਆਪਦਾ, ਤੁਹਾਨੂੰ ਸਵੇਰ ਹੀ ਪਤਾ ਚੱਲੂਗਾ ਕੀ ਪ੍ਰੋਗਰਾਮ ਹੈ। ਸੰਤਰੀ ਹੀ ਪੈਣੇ ਭਾਂਡੇ, ਕੰਮ ਇੱਧਰ ਬਿਕਰਮ ਹੈ, ਆਲੂ ਚੱਲ ਰਿਹਾ ਸੀ। ਠੀਕ ਆ ਜੀ, ਚਲੋ ਕੰਮ ਕਰ ਲਈਏ, ਫਿਰ ਮਿਲਦੇ ਹਾਂ ਤੁਹਾਨੂੰ। ਆਲੂ ਬਹੁਤ ਪੈਸੇ ਦੇ ਨਾਲ ਸਾਡੇ ਕੋਲ, ਅਸੀਂ ਅੱਧੇ ਤੋਂ ਵੱਧ ਪਏ ਆ। ਉਦੋਂ ਬਾਅਦ ਇੱਧਰ ਬ੍ਰੈਡ ਪਏ, ਇਹਨਾਂ ਦਾ ਵੀ ਕਰਨਾ ਕੱਟ ਵੱਢ। ਤੁਸੀਂ ਪਹਿਲਾਂ ਦੇਖਿਆ, ਤੁਸੀਂ ਵੈਸੇ ਤਾਂ ਆਈਡੀਆ ਲਾ ਹੀ ਲਿਆ ਹੋਣਾ ਸਾਹਿਬ ਨੇ। ਆਪਣੇ ਘਰ ਹੈਗਾ ਅੱਜ ਸੁਖਮਨੀ ਸਾਹਿਬ ਦਾ ਪਾਠ, 5 ਵੱਜ ਚੁੱਕਿਆ ਸਵੇਰ ਦੇ। ਮੈਂ ਲੱਗਿਆ ਹੁਣ ਗੱਡੀਆਂ ਬਾਹਰ ਕੱਢਣ ਇੱਥੋਂ, ਕਿਉਂਕਿ ਫਿਰ ਇੱਥੇ ਹੀ ਬੈਠਣਾ ਸਭ ਨੇ, ਦਰੀਆਂ ਵਗੈਰਾ ਵਿਛਾਵਾਂਗੇ ਇੱਥੇ। ਠੀਕ ਹੈ ਜੀ, ਚਲੋ ਕੱਢਦੇ ਹਾਂ ਇੱਥੋਂ ਗੱਡੀਆਂ ਮੋਟਰਸਾਈਕਲ ਬਾਹਰ,
ਫਿਰ ਦਰੀਆਂ ਵਗੈਰਾ ਵਿਛਾਉਣੇ ਆ, ਫਿਰ ਰੈਡੀ ਹੋਵਾਂਗੇ, ਫਿਰ ਜਾਵਾਂਗੇ ਬਾਬਾ ਜੀ ਨੂੰ ਲੈਣ ਗੁਰੂ ਘਰ ਤੋਂ। ਬਣੇ ਰਹੋ ਵੀਡੀਓ ਦੇ ਨਾਲ ਜੀ। ਠੀਕ ਆ ਜੀ, ਗੱਡੀ ਵੀ ਆਪਾਂ ਕਰਤੀ ਬਾਹਰ, ਇੱਧਰ ਮੋਟਰਸਾਈਕਲ ਅਤੇ ਸਕੂਟੀ ਵੀ ਕਰਤੀ ਬਾਹਰ। ਹੁਣ ਕਰਦੇ ਹਾਂ ਕੰਮ ਕਰੇ ਜਾ ਕੇ ਥੋੜ੍ਹਾ ਬਹੁਤਾ। ਸਟੂਲ ਕਹਿੰਦਾ ਛੋਟਾ ਉਸ ਤੋਂ ਬਾਅਦ ਸੰਗਤਾਂ ਆ ਗਈਆਂ ਸੀ ਅਤੇ ਕੰਮ ਕਾਰ ਵੀ ਸੀਗੇ ਥੋੜ੍ਹੇ ਬਹੁਤ ਹੋਰ, ਤਾਂ ਕਰਕੇ ਵੀਡੀਓ ਬਣਾਈ ਨਹੀਂ ਗਈ। ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਥੋੜ੍ਹਾ ਕਿਤੇ ਸੈਲੀਬ੍ਰੇਟ, ਕੇਕ ਵਗੈਰਾ ਕੱਟਿਆ ਸੀਗਾ। ਇੱਕ ਵਾਰੀ ਸਾਡਾ ਕਹਿੰਦਾ ਕੇਕ ਕੱਟਣਾ, ਇਹ ਕੰਮ ਲਿਆ ਸੀ ਕੇਕ ਆਪਣੇ ਦਾਦਾ ਜੀ ਨਾਲ ਜਾ ਕੇ। ਠੀਕ ਆ ਜੀ, ਅੱਗੇ ਤੁਸੀਂ ਦੇਖੋ ਕੀ ਕੀ ਕੀ।